ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਦੇ ਹਾਂ ਇੱਕ ਨਵਾਂ ਵਲੌਗ ਸਟਾਰਟ ਅਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇੱਕ ਘਰ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ ਕਿ ਅੱਜ ਕੱਲ੍ਹ ਲੋਕ ਬਣੇ ਬਣਾਏ ਘਰ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਕਿਉਂਕਿ ਉੱਥੇ ਈਜ਼ੀ ਲੋਨ ਹੋ ਜਾਂਦਾ ਆ ਅਤੇ ਦੂਜਾ ਉਹਨਾਂ ਦਾ ਟਾਈਮ ਵੇਸਟ ਨਹੀਂ ਹੁੰਦਾ ਤੀਜਾ ਜਿਹੜੇ ਲੋਕ ਰੈਂਟ 'ਤੇ ਰਹਿ ਰਹੇ ਨੇ ਉਹ ਆਪਣਾ ਘਰ ਲੈ ਕੇ ਆਪਣਾ ਕਿਰਾਇਆ ਬਚਾ ਸਕਦੇ ਨੇ ਬਿਕੋਜ਼ ਜੇ ਉਹ ਬਣਾਉਂਦੇ ਵੀ ਨੇ ਤਾਂ ਉਹਨਾਂ ਨੂੰ ਘੱਟੋ ਘੱਟ 6 ਮਹੀਨੇ 7 ਮਹੀਨੇ ਲੱਗ ਜਾਂਦੇ ਬਣਾਉਣ ਦੇ ਵਿੱਚ ਅਤੇ ਫਿਰ ਇਹ ਵੀ ਹੈ ਕਿ ਉਹਨਾਂ ਨੂੰ ਇਕੱਠਾ ਪੈਸਾ ਚਾਹੀਦਾ ਲਗਾਉਣ ਵਾਸਤੇ ਅਤੇ ਕਈ ਹੁੰਦੇ ਨੇ ਕਿ ਥੋੜ੍ਹਾ ਥੋੜ੍ਹਾ ਜਿੱਦਾਂ ਬਣਾਉਂਦੇ ਰਹਿੰਦੇ ਨੇ ਫਿਰ ਉਹਨਾਂ ਨੂੰ ਸਾਲ ਵੀ ਲੱਗ ਜਾਂਦਾ ਸੋ ਇਸ ਦੇ ਵਿੱਚ ਇਹ ਬਣੇ ਬਣਾਏ ਘਰ 'ਤੇ ਲੋਨ ਕਰਾਉਣਾ ਈਜ਼ੀ ਹੁੰਦਾ ਇਸ ਕਰਕੇ ਤੁਹਾਨੂੰ ਅੱਜ ਦਿਖਾ ਰਹੇ ਹਾਂ ਬਣੇ ਬਣਾਏ ਘਰ ਦੇਖੋ ਜੀ ਲੈ ਕੇ ਆਏ ਹਾਂ ਬੜੇ ਸਹੀ ਪ੍ਰਾਈਸ 'ਤੇ ਤੁਹਾਡੇ ਲਈ ਇੱਕ ਘਰ ਅਤੇ ਆਹ ਲੱਗਿਆ ਹੈ ਜੀ ਜਾਲੀ ਵਾਲਾ ਦਰਵਾਜ਼ਾ ਅਤੇ ਦੂਜਾ ਲੌਕ ਵਾਲਾ ਸਿਸਟਮ ਅਤੇ ਆਹ ਉੱਪਰ ਨੂੰ ਜਾ ਰਹੀਆਂ ਨੇ ਸਟੇਅਰਸ ਦੇਖ ਸਕਦੇ ਹੋ ਸਟੈਪ ਲੱਗੇ ਹੋਏ ਨੇ ਅਤੇ ਟਾਇਲ ਕੁਛ ਇਸ ਤਰ੍ਹਾਂ ਦੀ ਲੱਗੀ ਹੈ ਅਤੇ ਇਹ ਸਾਡਾ ਕਾਲੂ ਪਿੱਛੇ ਪਿੱਛੇ ਰਹਿੰਦਾ ਹਰ ਚੀਜ਼ ਦੇ ਵਿੱਚ ਅਤੇ ਆਹ ਹੈਗਾ ਜੀ ਤੁਹਾਡਾ ਕਿਚਨ ਇਹ 'ਚ ਟੂਟੀਆਂ ਵਗੈਰਾ ਲੱਗ ਗਈਆਂ ਨੇ ਅਤੇ ਬਾਕੀ ਸਲੇਬ 'ਤੇ ਤੁਸੀਂ ਦੇਖ ਰਹੇ ਹੋ ਬਲੈਕ ਕਲਰ ਦੀ ਟਾਇਲ ਲੱਗੀ ਹੋਈ ਹੈ ਗ੍ਰੇਸ ਵਾਸਤੇ ਅਤੇ ਜਿਹੜਾ ਨੀਚੇ ਵਾਲਾ ਕੰਮ ਥੋੜ੍ਹਾ ਪੈਂਡਿੰਗ ਹੈ ਇੱਥੇ ਲੱਕੜੀ ਦੇ ਪ੍ਰੋਪਰ ਕੱਪਬੋਰਡ ਬਣ ਗਏ ਅਤੇ ਉੱਪਰ ਦੀ ਟਾਇਲ ਦਾ ਕੁਛ ਕਲਰ ਇੱਦਾਂ ਲਾਈਟ ਜੀ ਇਸ ਘਰ ਦੀ ਅਸੀਂ ਔਨ ਨਹੀਂ ਕੀਤੀ ਹੈਗੀ ਸੋ ਇਸ ਕਰਕੇ ਤੁਹਾਨੂੰ ਇੱਦਾਂ ਦਿਖਾਉਣਾ ਪੈ ਰਿਹਾ ਇਹ ਹੈਗਾ ਜੀ ਪਹਿਲਾ ਕਮਰਾ ਅਤੇ ਦਰਵਾਜ਼ੇ ਸਾਰਿਆਂ ਦੇ ਇੱਦਾਂ ਦੇ ਡਿਜ਼ਾਈਨਰ ਲੱਗੇ ਹੋਏ ਨੇ ਜੀ ਅਤੇ ਇਹਦੇ ਨਾਲ ਹੀ ਦਿਖ ਜਾਂਦਾ ਜੀ ਉਹ ਦੇਖੋ ਦੂਜਾ ਕਮਰਾ ਦੋ ਕਮਰੇ ਆਪਣੇ ਨੀਚੇ ਨੇ ਇਹ ਤੁਹਾਡੇ ਕਮਰੇ ਹੈਗੇ ਨੇ ਜੀ 12x12 ਦੇ ਅਤੇ ਇਹ ਟੋਟਲ ਜਗ੍ਹਾ ਹੈਗੀ ਹੈ ਤੁਹਾਡੀ 68 ਗਜ਼ ਆਹ ਦੇਖੋ ਜੀ ਇੱਦਾਂ ਦੇ ਕੁਛ ਕਮਰੇ ਹਰ ਕਮਰੇ ਦੇ ਵਿੱਚ ਇੱਦਾਂ ਦੀ ਸਲੇਬ ਪਾ ਕੇ ਦਿੱਤੀ ਗਈ ਹੈ ਸਮਾਨ ਰੱਖਣ ਵਾਸਤੇ ਅਤੇ ਆਹ ਜੀ ਵਾਸ਼ਰੂਮ ਇਹ ਵਾਸ਼ਰੂਮ ਦਰਵਾਜ਼ਾ ਹੈ ਜੀ ਅਤੇ ਸੀਟ ਲੱਗੀ ਹੋਈ ਹੈ ਅਜੇ ਸਫਾਈ ਪੈਂਡਿੰਗ ਹੈ ਅਤੇ ਇਹ ਤੁਹਾਡਾ ਫੁਹਾਰਾ ਹੋ ਗਿਆ ਠੀਕ ਹੈ ਜੀ ਅਤੇ ਇਹਦੇ ਵਾਸ਼ਰੂਮ ਦੇ ਵਿੱਚ ਵੀ ਪ੍ਰੋਪਰ ਟਾਈਲ ਲੱਗੀ ਹੋਈ ਹੈ ਜੀ ਦੇਖੋ ਜੀ ਅਤੇ ਆਹ ਦੇਖੋ ਜੀ ਇਹ ਦੋਨੇ ਰੂਮਾਂ ਦਾ ਵਾਸ਼ਰੂਮ ਜਿਹੜਾ ਤੁਹਾਡਾ ਅਟੈਚ ਹੈ ਅਤੇ ਲਓ ਜੀ ਹੁਣ ਤੁਹਾਨੂੰ ਲੈ ਚੱਲਦੇ ਉੱਪਰ ਵਾਲੀ ਸਾਈਡ ਇਹਦੇ ਵਿੱਚ 3 ਕਮਰੇ ਨੇ ਜੀ ਕਿਚਨ ਹੈ ਅਤੇ 1 ਵਾਸ਼ਰੂਮ ਅਤੇ ਇਹ ਆ ਗਿਆ ਤੁਹਾਡਾ ਉੱਪਰ ਵਾਲਾ ਕਮਰਾ ਦੇਖ ਸਕਦੇ ਹੋ ਕਾਫੀ ਖੁੱਲ੍ਹਾ ਡੁੱਲਾ ਕਮਰਾ ਆ ਬਾਹਰਲੀ ਸਾਈਡ ਵਿੰਡੋ ਲਾਈ ਹੋਈ ਹੈ ਜੀ ਇੱਕ ਅਤੇ ਇੱਥੇ ਵੀ ਇੱਕ ਸਲੇਬ ਦਿੱਤੀ ਹੋਈ ਹੈ ਕਿ ਜੇ ਕੋਈ ਉੱਪਰ ਸੈਪਰੇਟ ਰਹਿਣਾ ਚਾਹੁੰਦਾ ਤਾਂ ਰਹਿ ਸਕਦਾ ਉਹਨੂੰ ਕਿਚਨ ਦੀ ਪ੍ਰੋਬਲਮ ਨਹੀਂ ਆਊਗੀ ਅਤੇ ਦਰਵਾਜ਼ੇ ਸਾਰੇ ਹੀ ਫਲੈਸ਼ ਡੋਰ ਲੱਗੇ ਹੋਏ ਨੇ ਜੀ ਅਤੇ ਆ ਉੱਪਰ ਵਾਸਤੇ ਵਾਸ਼ਰੂਮ ਹੈ ਜੀ ਅਤੇ ਆਹ ਸਟੇਅਰਸ ਜਾ ਰਹੀਆਂ ਨੇ ਜੀ ਉੱਪਰ ਨੂੰ ਆਹ ਦੇਖੋ ਜੀ ਉੱਪਰ ਤੁਹਾਡੀ ਟੈਂਕੀ ਹੈ ਅਤੇ ਮੌਂਟੀ ਬਣੀ ਹੋਈ ਹੈ ਐਕਚੁਅਲੀ 'ਚ POP ਦਾ ਕੰਮ ਡਨ ਹੋ ਚੁੱਕਾ ਹੈ ਅਤੇ ਰਹਿ ਗਿਆ ਬਸ ਹੁਣ ਕਲਰ ਤੁਸੀਂ ਦੇਖ ਸਕਦੇ ਹੋ ਹਰ ਕਮਰੇ ਦੇ ਵਿੱਚ ਕੰਸੀਲਟਾਂ ਲੱਗੀਆਂ ਹੋਈਆਂ ਨੇ ਜੀ 4-4 ਉਹ ਦੇਖੋ ਜੀ ਅਤੇ ਹੁਣ ਚੱਲ ਤੁਹਾਨੂੰ ਲੈ ਚੱਲਦੇ ਹਾਂ ਜਿਹੜੀ ਕਮਰੇ ਦੇ ਪਿੱਛੇ ਫਸਟ ਫਲੋਰ 'ਤੇ ਬੈਕ ਸਾਈਡ ਆਹ ਦੇਖੋ ਜੀ ਇੱਥੇ ਕਾਫੀ ਖੁੱਲ੍ਹਾ ਏਰੀਆ ਮਿਲ ਜਾਂਦਾ ਯੂਜ਼ ਕਰਨ ਵਾਸਤੇ ਇਸ ਗੇਅਰ ਤੋਂ ਥੱਲੇ ਨੂੰ ਇਹ ਜੋ ਤੁਸੀਂ ਘਰ ਦੇਖ ਪਾ ਰਹੇ ਹੋ ਜੀ ਇਹ 68 ਗਜ਼ ਦਾ ਇਹਦੇ ਵਿੱਚ 2 ਕਮਰੇ ਥੱਲੇ ਨੇ 1 ਕਮਰਾ ਉੱਪਰ ਹੈ ਅਤੇ ਕੁਆਲਿਟੀ ਤੁਸੀਂ ਦੇਖ ਹੀ ਲਈ ਹੈ ਹਰ ਚੀਜ਼ ਨੂੰ ਬੜੀ ਬਰੀਕੀ ਨਾਲ ਸਮਝਿਆ ਗਿਆ ਅਤੇ ਫਿਰ ਡਿਜ਼ਾਇਨ ਕੀਤਾ ਗਿਆ ਇਹ 68 ਗਜ਼ ਦੇ ਨਕਸ਼ੇ ਦੇ ਵਿੱਚ 2 ਕਮਰੇ ਹੈਗੇ ਨੇ ਨੀਚੇ 1 ਕਮਰਾ ਉੱਪਰ ਹੈ ਅਤੇ ਉੱਪਰ ਸਭ ਨੂੰ ਉੱਪਰ ਪਿੱਛੇ ਜਗ੍ਹਾ ਵੀ ਬਚ ਗਈ ਹੈ ਜੀ ਸਪੇਸ ਖੁੱਲ੍ਹਾ ਡੁੱਲਾ ਘਰ ਬਣਿਆ ਅਤੇ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਡੋਰਸ ਫਲੈਸ਼ ਡੋਰ ਨੇ ਟੂਟੀਆਂ ਦੀ ਵਾਰੰਟੀ ਹੈ ਕੰਸੀਲਡਾਂ ਦੀ ਵਾਰੰਟੀ ਹੈ ਅਤੇ ਟਾਇਲਸ ਵੀ ਵਧੀਆ ਲੱਗੀ ਹੋਈ ਹੈ ਜੀ ਅਤੇ ਇਹ ਬੜੇ ਰੀਜ਼ਨੇਬਲ ਪ੍ਰਾਈਸ 'ਤੇ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਂਦੇ ਨੇ ਜੇ ਕੋਈ ਵੀ ਘਰ ਬਣਵਾਉਣ ਦਾ ਜਾਂ ਘਰ ਲੈਣ ਦਾ ਇੱਛੁਕ ਹੈ ਤਾਂ ਸਾਨੂੰ ਸੰਪਰਕ ਕਰ ਸਕਦਾ ਹੈ ਸਾਡੇ ਨੰਬਰ ਡਿਸਕ੍ਰਿਪਸ਼ਨ 'ਚ ਹੋਣਗੇ ਸੋ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਦੱਸਿਓ ਵਲੌਗ ਕਿੱਦਾਂ ਦਾ ਲੱਗਾ